ਤਾਂ ਇਹ ਇਸ ਵੇਲੇ ਜੱਲੂਪੁਰ ਖੇੜਾ ਦੀ ਤਸਵੀਰ ਹੈ ਜਿੱਥੇ ਕਿ ਉਹਨਾਂ ਦਾ ਜੱਦੀ ਪਿੰਡ ਹੈ। ਤਾਂ ਹਰ ਕੋਈ ਇਸ ਵੇਲੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚ ਰਿਹਾ। ਤਾਂ ਜੱਲੂਪੁਰ ਖੇੜਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਉਹਨਾਂ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਇੱਕ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਹੈ ਉਹ ਦਰਜ ਕੀਤੀ ਹੈ। ਤਾਂ ਇਸ ਵੇਲੇ ਤੁਸੀਂ ਦੇਖੋ, ਅਸੀਂ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਦੇ ਨਾਲ, ਕੀ ਉਹਨਾਂ ਦਾ ਕਹਿਣਾ। ਮਾਤਾ ਜੀ ਕੀ ਕਹਿਣਾ ਚਾਹੋਗੇ, ਬਹੁਤ ਵੱਡੀ ਲੀਡ ਦੇ ਨਾਲ ਜਿੱਤ ਜਿਹੜੀ ਦਰਜ ਕੀਤੀ? ਗੁਰਦੁਆਰਾ ਸਾਹਿਬ ਜਾ ਰਹੇ, ਬਸ ਥੋੜ੍ਹਾ ਜਿਹਾ, ਕਿਉਂਕਿ ਜਨਤਾ ਸੁਣ ਰਹੀ ਹੈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ। ਬਹੁਤ ਹੀ ਸੰਗਤ ਦਾ, ਸਾਰੇ ਸਪੋਰਟਰਾਂ ਦਾ, ਤਹਿ ਦਿਲੋਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਆਪ ਮੁਹਾਰੇ ਆਪ ਪ੍ਰਚਾਰ ਕਰਕੇ ਆਪਣਾ ਫਰਜ਼ ਸਮਝ ਕੇ ਸੰਗਤ ਨੇ ਸਹਿਯੋਗ ਦਿੱਤਾ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ। ਇਹ ਉਮੀਦ ਸੀ ਪਹਿਲਾਂ ਸੰਗਤ ਤੋਂ ਕਿ ਇੰਨੀ ਵੱਡੀ ਲੀਡ ਦੇ ਨਾਲ? ਹਾਂਜੀ, ਜੋ ਵੀ ਸੰਗਤਾਂ ਚ ਵਿਚਰਨ ਲੱਗੇ ਸਾਨੂੰ ਉਦੋਂ ਹੀ ਸੰਗਤ ਦਾ ਹੰਗਾਰਾ ਵੇਖ ਕੇ ਲੱਗਦਾ ਹੈ ਕਿ ਵਾਹਿਗੁਰੂ ਕਿਰਪਾ ਕਰੂਗਾ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ। ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਕਿਉਂਕਿ ਅੱਗੇ ਘੱਲੂਘਾਰਾ ਦਿਵਸ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਢੋਲ ਜਾਂ ਮਿਠਾਈਆਂ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਜਿੱਤ ਦੀ ਖੁਸ਼ੀ? ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦਿੱਤਾ ਕਿ ਸਾਡੇ 6 ਤਰੀਕ ਤੱਕ ਸ਼ਹੀਦੀ ਦਿਹਾੜੇ ਆ, ਸਾਡੀ ਜਿਹੜੀ ਜਿੱਤ ਆ ਉਹ ਵੀ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਾ। ਇਸ ਕਰਕੇ ਸਾਰੀ ਸੰਗਤ ਨੂੰ ਵੀ ਕੋਈ ਵੀ ਆਪਾਂ 6 ਤਰੀਕ ਤੱਕ ਜਸ਼ਨ ਨਹੀਂ ਮਨਾਉਣਾ, ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ, ਅਖੰਡ ਪਾਠ ਸਾਹਿਬ ਆਰੰਭ ਹੋ ਗਏ ਆ ਤੇ ਭੋਗ ਪਾ ਕੇ ਤੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ 6 ਤੋਂ ਬਾਅਦ ਵੇਖਾਂਗੇ। ਵੀ ਸਵੇਰੇ ਰੁਝਾਨ ਆਉਣੇ ਸ਼ੁਰੂ ਹੋਏ ਸੀ ਉਦੋਂ ਲੱਗ ਰਿਹਾ ਸੀ ਕਿ ਇੰਨੀ ਵੱਡੀ ਲੀਡ ਜਿਹੜੀ ਆ ਉਹ ਮਿਲੇਗੀ ਭਾਈ ਅੰਮ੍ਰਿਤ? ਹਾਂਜੀ, ਹੁਣ ਪਹਿਲੇ ਪਤਾ ਸੀ ਸੰਗਤ ਦਾ ਪਿਆਰ ਵੇਖ ਕੇ ਸਾਨੂੰ ਪਤਾ ਸੀ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨੀ। ਤਾਂ ਇਹ ਇਸ ਵੇਲੇ ਜੱਲੂਪੁਰ ਖੇੜਾ ਦੀ ਤਸਵੀਰ ਹੈ ਜਿੱਥੇ ਕਿ ਉਹਨਾਂ ਦਾ ਜੱਦੀ ਪਿੰਡ ਹੈ। ਤਾਂ ਹਰ ਕੋਈ ਇਸ ਵੇਲੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚ ਰਿਹਾ। ਤਾਂ ਜੱਲੂਪੁਰ ਖੇੜਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਉਹਨਾਂ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਇੱਕ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਹੈ ਉਹ ਦਰਜ ਕੀਤੀ ਹੈ। ਤਾਂ ਇਸ ਵੇਲੇ ਤੁਸੀਂ ਦੇਖੋ, ਅਸੀਂ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਦੇ ਨਾਲ, ਕੀ ਉਹਨਾਂ ਦਾ ਕਹਿਣਾ। ਮਾਤਾ ਜੀ ਕੀ ਕਹਿਣਾ ਚਾਹੋਗੇ, ਬਹੁਤ ਵੱਡੀ ਲੀਡ ਦੇ ਨਾਲ ਜਿੱਤ ਜਿਹੜੀ ਦਰਜ? ਗੁਰਦੁਆਰਾ ਸਾਹਿਬ ਜਾ ਰਹੇ, ਬਸ ਥੋੜ੍ਹਾ ਜਿਹਾ, ਕਿਉਂਕਿ ਜਨਤਾ ਸੁਣ ਰਹੀ ਹੈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ। ਬਹੁਤ ਹੀ ਸੰਗਤ ਦਾ, ਸਾਰੇ ਸਪੋਰਟਰਾਂ ਦਾ, ਤਹਿ ਦਿਲੋਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਆਪ ਮੁਹਾਰੇ ਆਪ ਪ੍ਰਚਾਰ ਕਰਕੇ ਆਪਣਾ ਫਰਜ਼ ਸਮਝ ਕੇ ਸੰਗਤ ਨੇ ਸਹਿਯੋਗ ਦਿੱਤਾ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ। ਇਹ ਉਮੀਦ ਸੀ ਪਹਿਲਾਂ ਸੰਗਤ ਤੋਂ ਕਿ ਇੰਨੀ ਵੱਡੀ ਲੀਡ ਦੇ ਨਾਲ? ਹਾਂਜੀ, ਜੋ ਵੀ ਸੰਗਤਾਂ ਚ ਵਿਚਰਨ ਲੱਗੇ ਸਾਨੂੰ ਉਦੋਂ ਹੀ ਸੰਗਤ ਦਾ ਹੰਗਾਰਾ ਵੇਖ ਕੇ ਲੱਗਦਾ ਹੈ ਕਿ ਵਾਹਿਗੁਰੂ ਕਿਰਪਾ ਕਰੂਗਾ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ। ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਕਿਉਂਕਿ ਅੱਗੇ ਘੱਲੂਘਾਰਾ ਦਿਵਸ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਢੋਲ ਜਾਂ ਮਿਠਾਈਆਂ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਜਿੱਤ ਦੀ ਖੁਸ਼ੀ? ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦਿੱਤਾ ਕਿ ਸਾਡੇ 6 ਤਰੀਕ ਤੱਕ ਸ਼ਹੀਦੀ ਦਿਹਾੜੇ ਆ, ਸਾਡੀ ਜਿਹੜੀ ਜਿੱਤ ਆ ਉਹ ਵੀ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਾ। ਇਸ ਕਰਕੇ ਸਾਰੀ ਸੰਗਤ ਨੂੰ ਵੀ ਕੋਈ ਵੀ ਆਪਾਂ 6 ਤਰੀਕ ਤੱਕ ਜਸ਼ਨ ਨਹੀਂ ਮਨਾਉਣਾ, ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ, ਅਖੰਡ ਪਾਠ ਸਾਹਿਬ ਆਰੰਭ ਹੋ ਗਏ ਆ ਤੇ ਭੋਗ ਪਾ ਕੇ ਤੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ 6 ਤੋਂ ਬਾਅਦ ਵੇਖਾਂਗੇ। ਵੀ ਸਵੇਰੇ ਰੁਝਾਨ ਆਉਣੇ ਸ਼ੁਰੂ ਹੋਏ ਸੀ ਉਦੋਂ ਲੱਗ ਰਿਹਾ ਸੀ ਕਿ ਇੰਨੀ ਵੱਡੀ ਲੀਡ ਜਿਹੜੀ ਆ ਉਹ ਮਿਲੇਗੀ ਭਾਈ ਅੰਮ੍ਰਿਤ? ਹਾਂਜੀ, ਹੁਣ ਪਹਿਲੇ ਪਤਾ ਸੀ ਸੰਗਤ ਦਾ ਪਿਆਰ ਵੇਖ ਕੇ ਸਾਨੂੰ ਪਤਾ ਸੀ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨੀ। ਤਾਂ ਇਹ ਇਸ ਵੇਲੇ ਜੱਲੂਪੁਰ ਖੇੜਾ ਦੀ ਤਸਵੀਰ ਹੈ ਜਿੱਥੇ ਕਿ ਉਹਨਾਂ ਦਾ ਜੱਦੀ ਪਿੰਡ ਹੈ। ਤਾਂ ਹਰ ਕੋਈ ਇਸ ਵੇਲੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚ ਰਿਹਾ। ਤਾਂ ਜੱਲੂਪੁਰ ਖੇੜਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਉਹਨਾਂ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਇੱਕ ਵੱਡੀ ਲੀਡ ਦੇ ਨਾਲ ਜਿਹੜੀ ਜਿੱਤ ਹੈ ਉਹ ਦਰਜ ਕੀਤੀ ਹੈ। ਤਾਂ ਇਸ ਵੇਲੇ ਤੁਸੀਂ ਦੇਖੋ, ਅਸੀਂ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਦੇ ਨਾਲ, ਕੀ ਉਹਨਾਂ ਦਾ ਕਹਿਣਾ। ਮਾਤਾ ਜੀ ਕੀ ਕਹਿਣਾ ਚਾਹੋਗੇ, ਬਹੁਤ ਵੱਡੀ ਲੀਡ ਦੇ ਨਾਲ ਜਿੱਤ ਜਿਹੜੀ ਦਰਜ? ਗੁਰਦੁਆਰਾ ਸਾਹਿਬ ਜਾ ਰਹੇ, ਬਸ ਥੋੜ੍ਹਾ ਜਿਹਾ, ਕਿਉਂਕਿ ਜਨਤਾ ਸੁਣ ਰਹੀ ਹੈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ। ਬਹੁਤ ਹੀ ਸੰਗਤ ਦਾ, ਸਾਰੇ ਸਪੋਰਟਰਾਂ ਦਾ, ਤਹਿ ਦਿਲੋਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਆਪ ਮੁਹਾਰੇ ਆਪ ਪ੍ਰਚਾਰ ਕਰਕੇ ਆਪਣਾ ਫਰਜ਼ ਸਮਝ ਕੇ ਸੰਗਤ ਨੇ ਸਹਿਯੋਗ ਦਿੱਤਾ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ। ਇਹ ਉਮੀਦ ਸੀ ਪਹਿਲਾਂ ਸੰਗਤ ਤੋਂ ਕਿ ਇੰਨੀ ਵੱਡੀ ਲੀਡ ਦੇ ਨਾਲ? ਹਾਂਜੀ, ਜੋ ਵੀ ਸੰਗਤਾਂ ਚ ਵਿਚਰਨ ਲੱਗੇ ਸਾਨੂੰ ਉਦੋਂ ਹੀ ਸੰਗਤ ਦਾ ਹੰਗਾਰਾ ਵੇਖ ਕੇ ਲੱਗਦਾ ਹੈ ਕਿ ਵਾਹਿਗੁਰੂ ਕਿਰਪਾ ਕਰੂਗਾ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ। ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਕਿਉਂਕਿ ਅੱਗੇ ਘੱਲੂਘਾਰਾ ਦਿਵਸ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਢੋਲ ਜਾਂ ਮਿਠਾਈਆਂ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਜਿੱਤ ਦੀ ਖੁਸ਼ੀ? ਮੈਂ
ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਦਿੱਤਾ ਕਿ ਸਾਡੇ 6 ਤਰੀਕ ਤੱਕ ਸ਼ਹੀਦੀ ਦਿਹਾੜੇ ਆ, ਸਾਡੀ ਜਿਹੜੀ ਜਿੱਤ ਆ ਉਹ ਵੀ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਾ। ਇਸ ਕਰਕੇ ਸਾਰੀ ਸੰਗਤ ਨੂੰ ਵੀ ਕੋਈ ਵੀ ਆਪਾਂ 6 ਤਰੀਕ ਤੱਕ ਜਸ਼ਨ ਨਹੀਂ ਮਨਾਉਣਾ, ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ, ਅਖੰਡ ਪਾਠ ਸਾਹਿਬ ਆਰੰਭ ਹੋ ਗਏ ਆ ਤੇ ਭੋਗ ਪਾ ਕੇ ਤੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ 6 ਤੋਂ ਬਾਅਦ ਵੇਖਾਂਗੇ। ਵੀ ਸਵੇਰੇ ਰੁਝਾਨ ਆਉਣੇ ਸ਼ੁਰੂ ਹੋਏ ਸੀ ਉਦੋਂ ਲੱਗ ਰਿਹਾ ਸੀ ਕਿ ਇੰਨੀ ਵੱਡੀ ਲੀਡ ਜਿਹੜੀ ਆ ਉਹ ਮਿਲੇਗੀ ਭਾਈ? ਹਾਂਜੀ, ਹੁਣ ਪਹਿਲੇ ਪਤਾ ਸੀ, ਸੰਗਤ ਦਾ ਪਿਆਰ ਵੇਖ ਕੇ ਸਾਨੂੰ ਪਤਾ ਸੀ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਾ।